ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਮਨ ਪੰਜਾਬੀ ਬਲੌਗਰ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕਿਵੇਂ ਤੁਸੀਂ ਸਾਰੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅਸੀਂ ਵੀ ਠੀਕ ਹਾਂ ਜੀ। ਇਹ ਉਹੀ ਰੱਖੜੀਆਂ ਵਾਲਾ ਬਲੌਗ ਕੰਟੀਨਿਊ ਹੋ ਰਿਹਾ ਜੀ। ਅਸੀਂ ਬਾਬੇ ਸੁਖੀਏ ਦੇ ਮੱਥਾ ਟੇਕਣ ਤੋਂ ਬਾਅਦ ਇੱਥੇ ਸੰਤ ਮਹਾਰਾਜ ਜੀ ਚਿਤਾਨੰਦ ਜੀ ਦੀ ਗਊਸ਼ਾਲਾ ਬਣਾਈ ਵੀ ਹੈ, ਅਤੇ ਇਹ ਵੀ ਕਾਫੀ ਮੰਨਤਾ ਵਾਲੀ ਜਗ੍ਹਾ ਜੀ। ਇਹ ਸਾਡੇ ਪਿੰਡ 'ਤੇ ਆਦਲੀਕਿਆਂ ਦੇ ਵਿਚਾਲੇ ਬਣੀ ਵੀ ਹੈ। ਇਹ ਤੋਂ ਮਤਲਬ ਗਊਸ਼ਾਲਾ ਦੇ ਅੰਦਰਲੇ ਪਾਸੇ ਸਾਡਾ ਪਿੰਡ ਹੈਗਾ, ਅਤੇ ਇੱਧਰ ਦੂਸਰੇ ਪਾਸੇ ਜਿੱਧਰ ਅਸੀਂ ਗੱਡੀ ਮੋੜੀ ਸੀ ਉੱਧਰ ਆਲੀਕੇ ਪੈਂਦੇ ਹੈਗੇ। ਅਤੇ ਇੱਥੇ ਵੀ ਅਸੀਂ ਕਾਫੀ ਜਦੋਂ ਜਾਂਦੇ ਹਾਂ ਪਿੰਡ, ਇੱਥੇ ਵੀ ਅਸੀਂ ਜਾ ਕੇ ਹੀ ਆਉਂਦੇ ਹਾਂਗੇ। ਇੱਥੇ ਗਊਸ਼ਾਲਾ ਬਣੀ ਵੀ ਹੈ, ਵਧੀਆ ਫੀਡ ਪੈਂਦੀ ਹੈ ਦਾਣਾ, ਅਤੇ ਬਾਕੀ ਬਾਬਾ ਜੀ ਦੀ ਸਮਾਧ ਬਣੀ ਵੀ ਹੈਗੀ ਇੱਥੇ ਵੀ। ਅਤੇ ਇੱਥੇ ਵੀ ਅਸੀਂ ਮੱਥਾ ਟੇਕ ਕੇ ਆਉਂਦੇ ਹਾਂ ਜੀ। ਨਾਲੇ ਪੁੰਨ ਹੋ ਜਾਂਦਾ, ਨਾ ਇੰਨੇ ਨਾਲ ਦਸਵੰਧ ਨਿਕਲ ਜਾਂਦਾ। ਅਤੇ ਇੱਥੇ ਵੀ ਮੈਂ ਰੱਖੜੀ ਆਈ ਵਾਰ ਬੰਨ੍ਹ ਕੇ ਹੀ ਆਉਂਦੀ ਹੁੰਦੀ ਹੈਗੀ। ਅਤੇ ਇੱਥੇ ਮੱਥਾ ਟੇਕ ਕੇ ਫਿਰ ਅਸੀਂ ਘਰ ਚੱਲਾਂਗੇ। ਇਹ ਬਾਬਾ ਜੀ ਦੀ ਸਮਾਧ ਬਣੀ ਵੀ ਹੈ ਸਾਹਮਣੇ। ਅਤੇ ਉੱਧਰ ਜਿੱਧਰ ਗੱਡੀ ਖੜਾਈ ਅਸੀਂ ਉੱਧਰ ਗਊਆਂ ਗਈਆਂ। ਪਹਿਲਾਂ ਗਊਆਂ ਇੱਧਰਲੇ ਪਾਸੇ ਹੁੰਦੀਆਂ ਸੀਗੀਆਂ, ਜਿੱਧਰਲੇ ਪਾਸੇ ਬਾਬੇ ਸਮਾਧ ਬਣੀ ਵੀ ਆ। ਫਿਰ ਹੌਲੀ ਹੌਲੀ ਜਦੋਂ ਉੱਧਰਲੇ ਪਾਸੇ ਜ਼ਮੀਨ ਹੋਰ ਮਿਲ ਗਈ ਨਾਲ, ਤਾਂ ਹੁਣ ਗਊਆਂ ਉੱਧਰਲੇ ਪਾਸੇ ਹੈਗੀਆਂ। ਇਹ ਬਾਬੇ ਜੀ ਦੀ ਸਮਾਧ ਹੈਗੀ। ਇਹ ਬਾਬਾ ਚੇਤਾਨੰਦ ਜੀ ਹੈਗੇ। ਬਾਬਾ ਜੀ ਦੀ ਬਰਸੀ ਮਨਾਈ ਜਾਂਦੀ ਹੈ ਜੀ 30 ਜੂਨ ਨੂੰ। ਅਖੰਡ ਪਾਠ ਪ੍ਰਕਾਸ਼ ਹੁੰਦੇ ਹੈਗੇ ਇੱਥੇ। 2 ਜੁਲਾਈ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹੈਗੇ। 2 ਜੁਲਾਈ ਨੂੰ ਬਾਬਾ ਜੀ ਦੀ ਬਰਸੀ ਮਨਾਈ ਜਾਂਦੀ ਹੈਗੀ। ਬਾਕੀ ਤੁਸੀਂ ਆਹ ਥੱਲੇ ਲਿਖਿਆ ਹੋਇਆ ਦੇਖ ਸਕਦੇ ਹੋਗੇ। ਬਹੁਤ ਵੱਡੀ ਗਊਸ਼ਾਲਾ ਹੈਗੀ ਹੈ। ਬਾਕੀ ਆਲੀਕੇ ਅਤੇ ਸਾਡੇ ਪਿੰਡ ਦੇ ਲੋਕ ਸੁਬਹਾ ਸ਼ਾਮ ਬਹੁਤ ਜ਼ਿਆਦਾ ਸੇਵਾ ਕਰਨ ਆਉਂਦੇ ਹੈਗੇ ਇੱਥੇ। ਆ ਲਓ ਜੀ, ਤੁਸੀਂ ਵੀ ਦਰਸ਼ਨ ਕਰੋ ਸੰਤ ਚਿਤਾਨੰਦ ਮਹਾਰਾਜ ਜੀ ਦੇ। ਇਹ ਬਾਬਾ ਜੀ ਦਾ ਹੀ ਧੂਣਾ ਲਾਇਆ ਹੋਇਆ ਹੈਗਾ ਜੀ। ਇਹ ਬਾਬਾ ਜੀ ਦਾ ਹੀ ਰੂਮ ਬਣਾਇਆ ਹੋਇਆ, ਪਹਿਲਾਂ ਤੋਂ ਇਸੇ ਤਰ੍ਹਾਂ ਬਿਸਤਰ ਬਣਾਇਆ ਹੋਇਆ ਬਾਬਾ ਜੀ ਦਾ। ਇਹ ਸਰਕਾਰੀ ਸਕੂਲ ਹੈ ਜੀ, ਇਹ ਆਲੀਕਿਆਂ ਦਾ ਸਕੂਲ ਹੈਗਾ, ਅਤੇ ਇਹ ਨਾਲ ਸਾਡੇ ਪਿੰਡ ਦਾ ਜੈਮਲ ਸਿੰਘ ਵਾਲੇ ਦਾ। ਇਹ ਸਾਡੇ ਸਕੂਲ ਹੈ ਜਿਹੜੇ ਇਕੱਠੇ ਬਣੇ ਵੇ ਹੈਗੇ, ਬਸ ਕੰਧ ਸਾਨੀ ਬਣੇ ਵੇ ਆ। ਅਸੀਂ ਬਾਬਾ ਜੀ ਦੇ ਮੱਥਾ ਟੇਕਣ ਤੋਂ ਬਾਅਦ ਮੇਰੇ ਘਰ ਵੱਲ ਨੂੰ ਚੱਲ ਪਏ ਸੀਗੇ। ਇਹ ਸਾਡੇ ਗੁਰਦੁਆਰਾ ਸਾਹਿਬ ਹੈ ਜੈਮਲ ਸਿੰਘ ਵਾਲੇ ਦਾ।
ਇਹ ਸਾਡੇ ਘਰ ਤੋਂ ਜਗ੍ਹਾ ਜੀ 1 ਕਿਲੋਮੀਟਰ ਵੜਤੀ ਬਣੀ ਵੀ ਹੈਗੀ। ਵੈਸੇ ਪਿੰਡ ਤਾਂ ਨਾਲ ਹੀ ਸਟਾਰਟ ਹੋ ਜਾਂਦਾ ਗਾ, ਸਾਡਾ ਘਰ ਖੇਤਾਂ 'ਚ ਪਾਇਆ ਹੋਇਆ ਕਰਕੇ ਸਾਨੂੰ 1 ਕਿਲੋਮੀਟਰ ਵੜ ਪੈ ਜਾਂਦੀ ਇੱਥੋਂ। ਇਹ ਮੇਰੇ ਪਿੰਡ ਜੈਮਲ ਸਿੰਘ ਵਾਲੇ ਦਾ ਜੀ ਬੱਸ ਸਟੈਂਡ ਹੈਗਾ। ਪਹਿਲਾਂ ਸਾਡਾ ਘਰ ਇੱਥੇ ਹੁੰਦਾ ਸੀਗਾ ਬੱਸ ਅੱਡੇ ਕੋਲ ਹੀ, ਅਤੇ ਬਾਅਦ 'ਚ ਅਸੀਂ ਖੇਤ 'ਚ ਪਾ ਲਿਆ ਸੀਗਾ ਘਰ। ਇਹ ਸਾਹਮਣੇ ਉਰਲਾ ਘਰ ਮੇਰੇ ਚਾਚੇ ਕਾ ਗਾ, ਅਤੇ ਇਹ ਨਾਲ ਵਾਲਾ ਘਰ ਸਾਡਾ ਗਾ ਜੀ। ਇਹ ਮੇਰਾ ਘਰ ਹੈਗਾ, ਇਹ ਮੇਰੀ ਭਤੀਜੀ ਹੈ ਜੀ ਵੱਡੀ। ਸਾਡਾ ਕੁਛ ਆਉਣਾ ਮਜਬੂਰੀ ਇਹ ਵੀ ਸੀਗੀ ਕਿ ਮੇਰਾ ਜਿਹੜਾ ਛੋਟਾ ਭਰਾ ਗਾ ਜੀ ਉਹਦੇ 3 ਬੇਟੀਆਂ ਹੀ ਹੈਗੀਆਂ, ਉਹਦੇ ਬੇਟਾ ਨਹੀਂ ਹੈਗਾ ਗਾ। ਤਾਂ ਬੱਚਿਆਂ ਨੂੰ ਹਰੇਕ ਨੂੰ ਚਾਅ ਹੁੰਦਾ ਗਾ ਵੀ ਅਸੀਂ ਵੀ ਰੱਖੜੀ ਬੰਨੀਏ। ਮੇਰਾ ਭਰਾ ਛੋਟਾ, ਇਹ ਸਿੱਧ ਗਈਆਂ ਇਹ 3 ਬੇਟੀਆਂ, ਇਹ ਮੇਰੀ ਭਾਬੀ ਹੈਗੀ। ਕਿਉਂਕਿ ਹਰ ਇੱਕ ਦੇ ਜਦੋਂ ਰੱਖੜੀ ਬੰਨੀ ਦੇਖਦੇ ਹੈਗੇ ਤਾਂ ਬੱਚਿਆਂ ਦਾ ਦਿਲ ਘੱਟਦਾ ਗਾ, ਇਸ ਕਰਕੇ ਅਸੀਂ ਹਰ ਸਾਲ ਜਾਂਦੇ ਹੀ ਜਾਂਦੇ ਹਾਂ ਕਿ ਜਵਾਕੜੀਆਂ ਨੂੰ ਵੀ ਖੁਸ਼ੀ ਮਿਲਦੀ ਹੈਗੀ ਰੱਖੜੀ ਬੰਨ੍ਹ ਕੇ ਜੋਤ ਦੇ। ਨਹੀਂ ਅਸੀਂ ਮੀਂਹ ਦੇ ਵਿੱਚ ਸ਼ਾਇਦ ਨਾ ਵੀ ਜਾਂਦੇ ਕਿਉਂਕਿ ਮੇਰੀ ਭੈਣ ਰੱਖੜੀਆਂ ਬੰਨ੍ਹਣ ਆਈ ਵੀ ਸੀਗੀ, ਤਾਂ ਪਰ ਮੇਰਾ ਭਾਣਜਾ ਨਹੀਂ ਆਇਆ ਸੀਗਾ ਕਿਉਂਕਿ ਉਹ ਜੂਨ ਦੀਆਂ ਛੁੱਟੀਆਂ 'ਚ ਆ ਕੇ ਗਿਆ ਗਾ। ਮੇਰਾ ਮੇਰੀ ਭੈਣ ਹੈਗੀ, ਇਹ ਮੇਰੀ ਭਾਣਜੀ ਹੈਗੀ, ਮੇਰੀ ਭੈਣ ਦੀ ਕੁੜੀ ਹੈ, ਇਹ ਨਾਲ ਆ ਗਈ ਸੀਗੀ ਕਿਉਂਕਿ ਛੋਟੀ ਮੇਰੀ ਭਤੀਜੀ ਹੈ ਜਿਹੜੀ ਉਹਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਹੈਗੀ, ਤਾਂ ਕਰਕੇ ਉਹਨੂੰ ਮਿਲਣ ਆ ਜਾਂਦੀ ਹੈ। ਦੇਖੋ ਭੱਜ ਕੇ ਜਾ ਕੇ ਗੋਦੀ ਚੜ ਗਈ ਮੇਰੇ। ਬੱਚਿਆਂ ਦਾ ਦਿਲ ਰੱਖਣ ਕਰਕੇ ਸਾਨੂੰ ਜਾਣਾ ਜ਼ਰੂਰੀ ਸੀਗਾ, ਨਹੀਂ ਅਸੀਂ ਮੀਂਹ ਦੇ ਵਿੱਚ ਕਾਹਨੂੰ ਨਿਕਲਦੇ ਸੀ ਘਰੋਂ, ਸਾਨੂੰ ਤਾਂ ਸਰ ਵੀ ਜਾਂਦਾ ਕਿਉਂਕਿ ਮੇਰੀ ਭੈਣ ਆਈ ਵੀ ਸੀ ਮੇਰੇ ਭਰਾਵਾਂ ਦੇ ਤਾਂ ਰੱਖੜੀ ਬੰਨ੍ਹ ਦਿੰਦੀ, ਪਰ ਬੱਚਿਆਂ ਨੂੰ ਫਿਰ ਵੀ ਐਂ ਹੋ ਜਾਂਦਾ ਵੀ ਅਸੀਂ ਰੱਖੜੀ ਨਹੀਂ ਬੰਨ੍ਹੀ ਕਿਸੇ ਦੇ, ਜੇ ਮੇਰਾ ਭਾਣਜਾ ਆਇਆ ਹੁੰਦਾ ਸ਼ਾਇਦ ਅਸੀਂ ਨਾ ਜਾਂਦੇ, ਫਿਰ ਸਾਨੂੰ ਸਰ ਵੀ ਜਾਂਦਾ। ਇਹ ਮੇਰੀ ਵਿਚਾਲੜੀ ਭਤੀਜੀ ਹੈ ਜੀ, ਇੱਥੇ ਵੀ ਮੈਨੂੰ ਵੋਇਸ ਓਵਰ ਕਰਨੀ ਪੈ ਰਹੀ ਆ ਕਿਉਂਕਿ ਜਦੋਂ ਅਸੀਂ ਗਏ ਬੱਚਿਆਂ ਨੇ ਪੂਰਾ ਚੀਕ ਮਤਲਬ ਸ਼ੋਰ ਪਾਤਾ ਸੀਗਾ ਕਾਫੀ, ਕਿਉਂਕਿ ਬੱਚਿਆਂ ਨੂੰ ਚਾਅ ਹੁੰਦਾ ਗਾ ਵੀ ਭੂਆ ਆਈ ਆ ਭੂਆ ਆਈ ਆ, ਤਾਂ ਕਰਕੇ ਰੌਲਾ ਕਾਫੀ ਪੈ ਰਿਹਾ ਸੀਗਾ। ਕੁਛ ਇੱਥੇ ਪੱਖੇ ਦਾ ਕੂਲਰ ਦਾ ਵੀ ਖੜਕਾ ਹੋ ਰਿਹਾ ਸੀ, ਹੁਣ ਤਾਂ ਮੇਰੀ ਭਾਬੀ ਨੇ ਕਿਹਾ ਸੀਗਾ ਵੀ ਤੁਸੀਂ ਅੰਦਰ ਬਹਿ ਜਾਓ ਏਸੀ ਲਾ ਲਓ। ਉੱਥੇ ਅਸੀਂ ਜਾਣ ਕੇ ਨਹੀਂ ਬੈਠੇ ਸੀ ਕਿਉਂਕਿ ਉਸ ਦਿਨ ਮੀਂਹ ਪਿਆ ਸੀਗਾ, ਧੁੱਪ ਹੈ ਨਹੀਂ ਸੀ, ਬੱਦਲਵਾਈ ਸੀਗੀ, ਮੌਸਮ ਠੰਡਾ ਸੀ, ਕੁਛ ਬਾਹਰੇ ਚਾਨਣ ਸੀ, ਅੰਦਰ ਹਨੇਰਾ ਪੈਂਦਾ ਥੋੜ੍ਹਾ ਜਿਹਾ, ਤਾਂ ਕਰਕੇ ਅਸੀਂ ਬਾਹਰ ਹੀ ਬਹਿ ਗਏ ਵੀ ਚੱਲ ਕੋਈ ਗੱਲ ਨਹੀਂ, ਗੱਲਾਂ ਬਾਤਾਂ ਕਰ ਲੈਂਦੇ ਹਾਂ ਇੱਥੇ ਬੈਠ ਕੇ। ਦੇਖੋ ਨੀਚੇ ਬੈਠੀ ਕੀੜੀਆਂ ਮਾਰ ਰਹੀ ਹੈਗੀ, ਇਹਨਾਂ ਦੇ ਇੱਥੇ ਮਿੱਠਾ ਮੁੱਠਾ ਖਿਲ ਰਿਹਾ ਕਰਕੇ ਥੋੜ੍ਹਾ ਬਹੁਤਾ ਕੀੜੀਆਂ ਹੋ ਰਹੀਆਂ ਸੀਗੀਆਂ, ਛੱਡਦੀ ਕੁਛ ਨਹੀਂ ਗੀ, ਸਭ ਕੁਛ ਮਾਰ ਦਿੰਦੀ ਹੈ। ਇੱਥੇ ਅਸੀਂ ਗੱਲਾਂ ਕਰ ਰਹੇ ਸੀਗੇ ਆਪਸ ਵਿੱਚ, ਦੀ ਇਹ ਪੁੱਛ ਰਹੇ ਸੀ ਸਾਨੂੰ ਵੀ ਤੁਸੀਂ ਇੰਨਾ ਟਾਈਮ ਕਾਹਤੋਂ ਲਾਤਾ, ਵੀ ਤੁਸੀਂ ਕਵੇਲਾ ਕਰਤਾ, ਤੁਸੀਂ ਬੱਚੇ ਸੁਬਹਾ ਦੇ ਡਿੱਕੀ ਜਾਂਦੇ ਆ ਤੁਹਾਨੂੰ, ਅਸੀਂ ਸੁਬਹਾ ਫੋਨ ਕਰਿਆ ਸੀਗਾ ਵੀ ਅਸੀਂ ਦੁਪਹਿਰ ਨੂੰ ਆ ਜਾਵਾਂਗੇ, ਪਰ ਮੀਂਹ ਪੈਣ ਲੱਗ ਗਿਆ ਜਿਹਦੇ ਕਰਕੇ ਅਸੀਂ ਲੇਟ ਹੋ ਗਏ। ਅਤੇ ਮੇਰੀ ਭਤੀਜੀ ਵੀ ਪੁੱਛ ਰਹੀ ਹੈ ਵੀ ਭੂਆ ਤੁਸੀਂ ਲੇਟ ਕਾਹਤੋਂ ਹੋ ਗਏ, ਤੁਸੀਂ ਸੁਨੇਹਾ ਆਉਣਾ ਸੀ, ਹੁਣ ਸਾਡੇ ਟਿਊਸ਼ਨ ਦਾ ਟਾਈਮ ਹੋ ਗਿਆ। ਟਿਊਸ਼ਨ 'ਤੇ ਨਹੀਂ ਜਾਂਦੀਆਂ ਸੀ ਪਰ ਇਹਨਾਂ ਦੀ ਮੰਮੀ ਨੇ ਭੇਜ ਦਿੱਤਾ ਵੀ ਚੱਲ ਤੁਸੀਂ ਘੰਟਾ ਕੁ ਜਾ ਆਓ, ਇੱਥੇ ਅਸੀਂ ਚਾਹ ਪਾਣੀ ਪੀ ਰਹੇ ਹਾਂ ਜੀ ਕਿਉਂਕਿ ਸਾਨੂੰ ਜਾਂਦਿਆਂ ਨੂੰ 4 ਵੱਜ ਚੁੱਕੇ ਸੀਗੇ। ਇਹ ਮੇਰੀ ਫੈਮਿਲੀ ਹੈ ਸਾਰੀ, ਮੇਰੀ ਭੈਣ ਹੈ, ਭਾਣਜੀ ਹੈ, ਭਤੀਜੀਆਂ ਗੀਆਂ, ਮੇਰਾ ਭਰਾ ਗਾ, ਅਸੀਂ ਸਾਰਿਆਂ ਨੇ ਬਹੁਤ ਸਾਰੀਆਂ ਗੱਲਾਂ ਮਾਰੀਆਂ। ਤਾਂਹੀਓ ਅਸੀਂ ਲੋਬੀ 'ਚ ਬਹਿ ਗਏ ਸੀਗੇ ਕਿਉਂਕਿ ਨਾਲ ਨਾਲ ਭਾਬੀ ਕੰਮ ਕਰਦੀ ਤੁਰੀ ਫਿਰੀ ਹੈਗੀ, ਨਾਲ ਨਾਲ ਫਿਰ ਅਸੀਂ ਗੱਲਾਂ ਵੀ ਕਰੀ ਗਏ ਹਾਂਗੇ, ਜੇ ਅੰਦਰ ਬਹਿ ਜਾਂਦੇ ਹਾਂ ਤਾਂ ਫਿਰ ਬਾਹਰੇ ਗੱਲਾਂ ਨਹੀਂ ਹੁੰਦੀਆਂ ਗੀਆਂ।
ਇਹ ਮੇਰੇ ਭਰਾ ਨੇ ਚੌਲ ਲੇਟ ਲਾਏ ਆ ਜੀ, ਕਿਉਂਕਿ ਇੱਥੇ ਮੱਕੀ ਬੀਜੀ ਵੀ ਸੀ ਪਹਿਲਾਂ, ਬਸ ਹਫ਼ਤਾ ਕੀ ਹੋਇਆ ਇਹਨਾਂ ਨੂੰ ਲਾਇਆ ਨੂੰ। ਇਸ ਤੋਂ ਬਾਅਦ ਅਸੀਂ ਰੱਖੜੀਆਂ ਬੰਨਣੀਆਂ ਸ਼ੁਰੂ ਕਰਤੀਆਂ। ਇਹ ਮੇਰਾ ਛੋਟਾ ਭਰਾ ਹੈਗਾ ਜੀ, ਪਹਿਲਾਂ ਇਹਦੇ ਰੱਖੜੀ ਮੈਂ ਬੰਨੂੰਗੀ, ਕਿਉਂਕਿ ਮੈਂ ਵੈਸੇ ਬਹਿ ਗਈ ਸੀ ਪਹਿਲਾਂ, ਇਹਨੇ ਕੱਖ ਪਾਉਣ ਲੱਗਣਾ ਸੀਗਾ। ਪਹਿਲਾਂ ਕਹਿੰਦਾ ਸੀ ਮੈਂ ਸੰਨੀ ਪਾ ਦਿਆਂ, ਫਿਰ ਬਾਅਦ 'ਚ ਮੈਂ ਕੱਖ ਪਾ ਕੇ ਫਿਰ ਬਣਾ ਲੂੰਗਾ। ਅਸੀਂ ਪਹਿਲਾਂ ਬਹਾ ਲਿਆ ਵੀ ਚਲੋ ਫਿਰ ਤੈਨੂੰ ਗਰਮੀ ਆ ਜੂਗੀ, ਫਿਰ ਤੈਨੂੰ ਹੁਣ ਤਾਂ ਟਾਈਮ ਲੱਗਦੇ, ਤਾਂ ਕਰਕੇ ਅਸੀਂ ਪਹਿਲਾਂ ਬਿਠਾ ਲਿਆ ਵੀ ਅਸੀਂ ਪਹਿਲਾਂ ਰੱਖੜੀਆਂ ਬੰਨ ਲੈਂਦੇ ਹਾਂ। ਕਹਿੰਦਾ ਮੈਨੂੰ ਲੇਟ ਹੋ ਜਾਂਦਾ ਗਾ, ਪਸ਼ੂ ਰਿੰਗੀ ਜਾਂਦੇ ਸੀਗੇ ਉੱਧਰੋਂ ਕੱਖਾਂ ਨੂੰ, ਕਿਉਂਕਿ ਪਹਿਲਾਂ ਸਾਨੂੰ ਡੀਕੀ ਗਿਆ ਗਾ ਵਿਚਾਰਾ, ਡੀਕਦਾ ਡੀਕਦਾ ਉਦੋਂ ਫਿਰ ਇਹ ਤਾਂਹੀਓ ਕੱਖ ਪਹਿਲਾਂ ਨਹੀਂ ਪਾਏ ਵੀ ਹੁਣ ਵੀ ਆਏ ਹੁਣ ਵੀ ਆਏ, ਸਾਨੂੰ ਲੇਟ ਹੋ ਗਿਆ। ਇਹ ਮੇਰਾ ਵੱਡਾ ਭਰਾ ਹੈਗਾ ਜੀ, ਪਹਿਲਾਂ ਨਾਲੋਂ ਮੋਟਾ ਹੋ ਗਿਆ ਵੇਖੋ ਆ ਖਾਣੇ, ਜਾਂ ਪਾਲਾ ਕੱਖ, ਬਹੁਤ ਟਾਈਮ ਛੁੱਟੀ ਮਿਲ ਗਈ ਤੈਨੂੰ। ਇਹ ਮੇਰੀ ਭੈਣ ਆ ਜੀ, ਇਹਨੇ ਪਹਿਲਾਂ ਮੇਰੇ ਛੋਟੇ ਭਰਾ ਦੇ ਰੱਖੜੀ ਬੰਨੀ ਹੈਗੀ, ਹੁਣ ਵੱਡੇ ਦੇ ਬੰਨ ਰਹੀ ਹੈ, ਵੱਡੀ ਹੈ ਮੇਰੇ ਤੋਂ, ਦੇਖੋ ਤੁਸੀਂ। ਕੋਈ ਨੀ ਤੂੰ ਇੱਧਰ ਇਹਦੀ ਇੱਧਰ ਬਣਾ ਲਾ, ਮੈਂ ਇੱਧਰ ਬਣ ਦੋਨਾਂ ਤੇ
ਆ ਦਿਆ ਤਾਂ ਲਾਤੀ ਇਹਨੇ ਤਾਂ ਕਹਿੰਦਾ ਮੈਂ ਤਾਂ ਫਸ ਗਈ। ਬਸ ਹੋ ਗਿਆ।
ਲਓ ਜੀ ਆਪਾਂ ਘਰ ਆ ਚੁੱਕੇ ਹਾਂ। ਮੇਰੇ ਪਿੰਡ ਜਾਇਆ ਏ, ਉੱਥੇ ਵੀ ਇੰਨਾ ਮੀਂਹ ਨਹੀਂ ਸੀਗਾ ਪਰ ਰਸਤੇ 'ਚ ਕਿਤੇ ਕਿਤੇ ਸੀਗਾ। ਹੁਣ ਅਸੀਂ ਆ ਗਏ ਘਰ ਅਤੇ ਟਾਈਮ ਹੋ ਚੁੱਕਿਆ 6:30 ਵਜੇ, 6:30 ਹੋ ਗਏ ਅਸੀਂ ਘਰ ਮੁੜੇ ਆਏ। ਹਾਂਜੀ ਦੋਸਤੋ ਅਸੀਂ ਘਰ ਆ ਚੁੱਕੇ ਹੈਗੇ ਐਂਡ ਦੇਖੋ ਤੁਸੀਂ ਰੱਖੜੀਆਂ ਕਿੰਨੀਆਂ ਬੰਨੀਆਂ ਮੇਰੇ। ਐਂਡ ਜਿਹੜੇ ਸਾਡੇ ਚੈਨਲ 'ਤੇ ਨਵੇਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵਲੋਗ ਨੂੰ ਲਾਈਕ ਕਰਦੇ ਕਰੋ, ਕਮੈਂਟ ਕਰਦੇ ਕਰੋ, ਸ਼ੇਅਰ ਕਰਦੇ ਕਰੋ। ਐਂਡ ਹੁਣ ਮਿਲਦੇ ਹਾਂ ਤੁਹਾਨੂੰ ਨਵੇਂ ਵਲੋਗ 'ਚ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰੱਖੋ। ਸਤਿ ਸ਼੍ਰੀ ਅਕਾਲ ਜੀ।